ਇਹੋ ਜਿਹੀਆਂ 10 ਆਈਫੋਨ ਟ੍ਰਿਕਸ ਦੱਸਦਾ ਜਿਹੜੀ ਆ ਮੈਂ ਕਹਿੰਦਾ ਪੱਕੀ ਗੱਲ ਆ ਕਿ ਤੁਹਾਨੂੰ ਨਹੀਂ ਪਤਾ ਹੋਣਗੀਆਂ। ਜੇ ਤੁਸੀਂ ਆਪਦੇ ਆਈਫੋਨ ਦੇ ਉੱਤੇ ਰਿਮਾਈਂਡਰਸ ਯੂਜ਼ ਕਰਦੇ ਆ ਨਾ, ਤਾਂ ਫਿਰ ਮੈਂ ਕਹਿੰਦਾ ਇਹ ਮਾੜਾ ਜਿਹਾ ਸੁਣ ਕੇ ਜ਼ਰਾ। ਹੁਣ ਤੁਸੀਂ ਆਪਦੇ ਰਿਮਾਈਂਡਰਸ ਸਿੱਧਾ ਆਪਦੀ ਹੋਮ ਸਕਰੀਨ ਤੋਂ ਚੈੱਕਅਪ ਕਰ ਸਕਦੇ ਆ। ਕਰਨਾ ਕੀ ਆ, ਹੋਮ ਸਕਰੀਨ ਨੂੰ ਐਡਿਟ ਕਰਨਾ, ਇੱਥੇ ਐਡ ਵਿਜਿਟ, ਉਸ ਤੋਂ ਬਾਅਦ ਰਿਮਾਈਂਡਰਸ, ਜਿਹੜਾ ਵੀ ਤੁਸੀਂ ਚੂਜ਼ ਕਰਨਾ ਉਹ ਕਰ ਲੈਣਾ। ਉਸ ਤੋਂ ਬਾਅਦ ਇੱਥੇ ਫੋਲਡਰ ਜੇ ਬਣਾਏ ਹੋਏ ਆ ਤੁਸੀਂ ਫੋਲਡਰ ਚੂਜ਼ ਕਰ ਲੈਣਾ। ਜਿਵੇਂ ਇੱਥੇ ਮੈਂ ਕਿਹਾ ਚੈੱਕਲਿਸਟ ਆਪਦੀ ਬਣਾਈ ਹੋਈ ਸੀਗੀ ਕਿ ਮੈਂ ਕਰਨਾ ਸੀਗਾ। ਗਰੋਸਰੀ ਡਨ ਹੋ ਗਈ, ਇੱਥੋਂ ਆਪਾਂ ਚੈੱਕਅਫ ਕਰ ਦਾਂਗੇ, ਅਤੇ ਬਾਕੀ ਚੀਜ਼ਾਂ ਜਿਹੜੀਆਂ ਡਨ ਹੋਈਆਂ ਉਹ ਵੀ ਆਪਾਂ ਚੈੱਕਅਫ ਕਰ ਦਾਂਗੇ। ਮੈਂ ਕਹਿੰਦਾ ਆਹ ਤਾਂ ਬਹੁਤ ਈਜ਼ੀ ਹੋ ਗਿਆ, ਉਹ ਆ ਕੀ, ਚਲੋ ਛੱਡੋ, ਇਹ ਤਾਂ ਮੈਂ ਕਹਿੰਦਾ ਸਿਰ ਹੀ ਲਾਇਆ ਪਿਆ ਐਪਲ ਵਾਲਿਆਂ ਨੇ ਰਿਮਾਈਂਡਰਸ ਐਪ ਦਾ, ਕਿ ਹੋਮ ਸਕਰੀਨ ਦੇ ਉੱਤੇ ਚੈੱਕਅਫ ਕਰ ਸਕਦੇ ਹਾਂ, ਸਿਰ ਹੀ ਲਾਇਆ ਪਿਆ, ਟਾਈਮ ਬਚਦਾ। ਆਹ ਮਾੜਾ ਜਿਹਾ ਕਮੈਂਟ ਚੈੱਕ ਕਰੋ, ਕਹਿੰਦਾ ਆਈਫੋਨ ਦਾ ਫਾਇਦਾ ਹੀ ਕੀ ਜੇਕਰ ਤੁਸੀਂ ਉਹ 'ਤੇ ਕਾਲ ਹੋਲਡ 'ਤੇ ਨਹੀਂ ਲਾ ਸਕਦੇ। ਤੁਹਾਨੂੰ ਕਿਹਨੇ ਕਿਹਾ ਕਿ ਆਈਫੋਨ 'ਤੇ ਕਾਲ ਹੋਲਡ 'ਤੇ ਨਹੀਂ ਲੱਗਦੀ? ਕੀ ਗੱਲ ਕਰਦੇ ਆ ਤੁਸੀਂ, ਆਈਫੋਨ ਵਾਲੇ ਪੇਜ 'ਤੇ ਆਏ ਹਾਂ, ਦੱਸ ਆਪਾਂ ਇੱਥੇ ਕਿਸੇ ਕਸਟਮਰ ਕੇਅਰ ਨੂੰ ਆਪਾਂ ਕਾਲ ਲਾ ਲੈਂਦੇ ਹਾਂ। ਕਾਲ ਲਾਉਣ ਤੋਂ ਬਾਅਦ ਇੱਥੇ ਜਦੋਂ ਉਹਨਾਂ ਨੇ ਪਿੱਕ ਕੀਤੀ, ਅਤੇ ਫਿਰ ਇੱਥੇ ਆਪਣੇ ਕੋਲ, ਵੈਸੇ ਤਾਂ ਇੱਥੇ ਹੋਲਡ ਦਾ ਕੋਈ ਆਪਸ਼ਨ ਹੁੰਦਾ ਨਹੀਂ, ਬਟ ਮਿਊਟ ਵਾਲੇ ਬਟਨ ਨੂੰ ਹੋਲਡ ਕਰਕੇ ਰੱਖੋ 5 ਸੈਕਿੰਡ ਵਾਸਤੇ, ਅਤੇ ਚੱਕੋ ਜੀ ਤੁਹਾਡੀ ਕਾਲ ਹੋਲਡ 'ਤੇ ਲੱਗ ਗਈ। ਹੋਰ ਚੈਲੇਂਜ ਸੈਟੋ ਕਰਾਂ, ਹੱਥ ਹੋ ਗਈ ਯਾਰ। ਜੇ ਇਹ ਵਾਲੀ ਟ੍ਰਿਕ ਬਾਰੇ ਨਹੀਂ ਪਤਾ ਸੀਗਾ, ਫਿਰ ਇੱਕ ਲਾਈਕ, ਕਮੈਂਟ ਅਤੇ ਸ਼ੇਅਰ ਤਾਂ ਮੈਂ ਕਹਿੰਦਾ ਬਣਦਾ ਹੀ ਆ, ਅਤੇ ਬਾਕੀ ਜੇਕਰ ਤੁਸੀਂ ਫੋਲੋ ਜਾਂ ਸਬਸਕ੍ਰਾਈਬ ਕਰ ਲਉਂਗੇ ਉਹ ਤਾਂ ਮੈਂ ਕਹਿੰਦਾ 4 ਚੰਦ ਲੱਗ ਜਾਣਗੇ ਕਿ ਨਹੀਂ। ਯਾਰ ਆਪਣੇ ਨਾ ਭੈਣ ਭਰਾਵਾਂ ਦੇ ਵਿੱਚ ਜ਼ਿਆਦਾਤਰ ਇਹ ਰੌਲਾ ਪੱਕੀ ਗੱਲ ਆ ਪੈਂਦਾ ਹੀ ਪੈਂਦਾ ਕਿ ਕਿਹਦੀ ਹਾਈਟ ਜ਼ਿਆਦਾ ਲੰਬੀ ਆ। ਹੁਣ ਇਹਦੇ ਵਾਸਤੇ ਹੁਣ ਤੁਹਾਨੂੰ ਕੋਈ ਮੈਜਰਿੰਗ ਟੇਪ ਵਗੈਰਾ ਨਹੀਂ ਆਪਦੀ ਜੇਬ ਦੇ ਵਿੱਚ ਰੱਖਣ ਦੀ ਲੋੜ, ਕਿਉਂਕਿ ਹੁਣ ਤੁਹਾਡੀ ਜੇਬ ਦੇ ਵਿੱਚ ਆਈਫੋਨ ਹੈਗਾ, ਅਤੇ ਆਈਫੋਨ ਦੇ ਨਾਲ ਤੁਸੀਂ ਆਪਦੀ ਹਾਈਟ ਚੈੱਕ ਕਰ ਸਕਦੇ ਹਾਂ। ਮੈਜਰਿੰਗ ਐਪ ਓਪਨ ਕਰੋ, ਹੁਣ ਆਪਦੇ ਆਈਫੋਨ ਨੂੰ ਕਿਤੇ ਵੀ ਸਟੇਸ਼ਨਰੀ ਰੱਖ ਦਿਓ ਕਿ ਤੁਸੀਂ ਉਸ ਫਰੇਮ ਦੇ ਵਿੱਚ ਪੂਰੇ ਫਿੱਟ ਆ ਸਕੋ, ਅਤੇ ਉਸ ਤੋਂ ਬਾਅਦ ਇਹਨੇ ਆਟੋਮੈਟਿਕਲੀ ਤੁਹਾਡੀ ਹਾਈਟ ਚੈੱਕ ਕਰ ਦੇਣੀ ਹੈ ਕਿ ਕਿੰਨੀ ਹਾਈਟ ਹੈ। ਜਾਂ ਜਿਵੇਂ ਇਹਨੇ ਮੇਰੀ ਹਾਈਟ ਚੈੱਕ ਕਰਕੇ ਦੱਸਤੀ ਕਿ 189 ਸੈਂਟੀਮੀਟਰ ਹੈਗਾ, ਬਹੁਤ ਹੀ ਜ਼ਿਆਦਾ ਐਕੂਰੇਟ ਆ। ਬਸ ਇੱਕ ਧਿਆਨ ਰੱਖਿਓ ਕਿ ਇਹਨੂੰ ਆਪਦੇ ਆਈ ਲੈਵਲ 'ਤੇ ਰੱਖਿਓ, ਅਤੇ ਲਾਈਟਿੰਗ ਕੰਡੀਸ਼ਨ ਵਗੈਰਾ ਪ੍ਰੋਪਰ ਹੋਣੀ ਚਾਹੀਦੀ ਆ, ਅਤੇ ਫੋਨ ਆਫਕੋਰਸ ਸਟੇਸ਼ਨਰੀ ਹੋਣਾ ਚਾਹੀਦਾ ਕਿ ਹਿੱਲੇ ਨਾ ਜਦੋਂ ਤੁਸੀਂ ਇਹ ਚੀਜ਼ ਚੈੱਕ ਕਰਦੇ ਪਏ ਆ, ਰੱਖ ਲਿਓ ਕਿਤੇ ਫੋਨ। ਹੁਣ ਮੇਨ ਗੱਲ ਇਹ ਆਉਂਦੀ ਹੈ ਕਿ ਤੁਹਾਡੀ ਕਿੰਨੀ ਹਾਈਟ ਇਹ ਸ਼ੋਅ ਕਰਦਾ ਪਿਆ, ਐਕੂਰੇਟ ਸੀ ਕਿ ਨਹੀਂ, ਮੈਡਮ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ, ਮੈਨੂੰ ਵੀ ਪਤਾ ਲੱਗ ਜਾਏ ਕਿ ਐਕਚੁਅਲੀ ਤੁਹਾਡੇ ਵੀ ਕੰਮ ਕੀਤਾ ਕਿ ਨਹੀਂ ਕੀਤਾ। ਕੋਈ ਬਹੁਤ ਜਣਿਆਂ ਦੇ DM ਆ ਰਹੇ ਸੀਗੇ, ਅਤੇ ਕਮੈਂਟ ਵੀ ਆ ਰਹੇ ਸੀ ਪਈ ਕਿ ਸਕਰੀਨ ਰਿਕਾਰਡਿੰਗ ਦੇ ਨਾਲ ਨਾਲ ਆਪਦੀ ਆਵਾਜ਼ ਕਿਵੇਂ ਰਿਕਾਰਡ ਕਰੀਏ ਆਈਫੋਨ ਦੇ ਉੱਤੇ। ਮੈਂ ਕਹਿੰਦਾ ਬਾਹਲਾ ਹੀ ਜ਼ਿਆਦਾ ਸਿੰਪਲ ਆ। ਕੰਟਰੋਲ ਸੈਂਟਰ ਓਪਨ ਕਰਨ ਤੋਂ ਬਾਅਦ ਇੱਥੇ ਤੁਹਾਡੇ ਕੋਲ ਸਕਰੀਨ ਰਿਕਾਰਡਿੰਗ ਦਾ ਆਪਸ਼ਨ ਆ ਜਾਂਦਾ, ਇੱਥੇ ਲੌਂਗ ਪ੍ਰੈਸ ਕਰਕੇ ਰੱਖਿਓ। ਜਦੋਂ ਲੌਂਗ ਪ੍ਰੈਸ ਕੀਤਾ ਤਾਂ ਇਹਦੇ ਨਾਲ ਹੀ ਯਾਰ ਬਣਿਆ ਹੋਇਆ ਮਾਈਕ੍ਰੋਫੋਨ ਔਨ, ਬਸ ਉਹ ਟੌਗਲ ਔਨ ਹੋ ਗਿਆ। ਅਤੇ ਹੁਣ ਆ ਮਾੜਾ ਜਿਹਾ ਚੈੱਕ ਕਰੋ, ਇੱਥੋਂ ਜਦੋਂ ਸਕਰੀਨ ਰਿਕਾਰਡਿੰਗ ਔਨ ਹੋ ਗਈ, ਹੋਣ ਤੋਂ ਬਾਅਦ ਹੁਣ ਤੁਸੀਂ ਆਪਦੀ ਆਵਾਜ਼ ਵੀ ਰਿਕਾਰਡ ਕਰ ਸਕਦੇ ਹਾਂ ਸਕਰੀਨ ਰਿਕਾਰਡਿੰਗ ਦੇ ਨਾਲ ਨਾਲ। ਇਹ ਵਾਲੀ ਆਡੀਓ ਆਪਣੀ ਸਕਰੀਨ ਰਿਕਾਰਡਿੰਗ ਦੇ ਨਾਲ ਹੀ ਹੋਈ ਵੀ ਹੈ। ਆਈਫੋਨ ਦੇ ਵੋਇਸ ਮੈਮੋਸ ਤਾਂ ਬਹੁਤ ਹੀ ਜ਼ਿਆਦਾ ਪਾਵਰਫੁੱਲ ਆ, ਜੇਕਰ ਤੁਹਾਨੂੰ ਨਹੀਂ ਪਤਾ ਸੀਗਾ ਮੈਂ ਦੱਸਦਾ ਨਾ। ਇਹਦੇ ਵਿੱਚ ਤੁਸੀਂ ਜਿਹੜੇ ਸਾਇਲੈਂਸਿਸ ਹੁੰਦੇ ਆ ਉਹ ਸਕਿੱਪ ਕਰ ਸਕਦੇ ਹਾਂ, ਜਿਹੜੇ ਕੋਈ ਆਡੀਓ ਕੁਆਲਿਟੀ ਤੁਸੀਂ ਇਨਹੈਂਸ ਕਰਨੀ ਆ ਉਹਦਾ ਵੀ ਆਪਸ਼ਨ ਆ ਜਾਂਦਾ। ਪਲੱਸ ਜੇਕਰ ਤੁਸੀਂ ਇਹਦੇ ਵਿੱਚ ਚੇਂਜਸ ਲੈ ਕੇ ਆਉਣੀਆਂ ਉਹ ਵੀ ਚੀਜ਼ਾਂ ਕੀਤੀਆਂ ਜਾ ਸਕਦੀਆਂ, ਅਤੇ ਨਾਲ ਯਾਰ ਆਡੀਓ ਦੇ ਵਿੱਚ ਟ੍ਰਾਂਸਕ੍ਰਿਪਸ਼ਨ ਵੀ ਬਹੁਤ ਜ਼ਿਆਦਾ ਵਧੀਆ ਮਿਲਦੀ ਹੈ। ਆਈਫੋਨ ਦੇ ਐਪ ਸਟੋਰ ਦੇ ਇਹੋ ਜਿਹੇ ਹੈਕਸ ਜਿਨ੍ਹਾਂ ਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ ਪਿਆ। ਫੋਨ ਦੀਆਂ ਸੈਟਿੰਗਸ ਦੇ ਵਿੱਚ ਜਾਵਾਂਗੇ, ਉਸ ਤੋਂ ਬਾਅਦ ਸਕਰੋਲ ਕਰਕੇ ਇੱਥੇ ਐਪਸ ਦਾ ਆਪਣੇ ਕੋਲ ਆਪਸ਼ਨ ਆ, ਐਪ ਸਟੋਰ ਇੱਥੇ ਸਰਚ ਕਰ ਲੈਣਾ ਆਪਾਂ। ਐਪ ਡਾਊਨਲੋਡਸ ਦੇ ਵਿੱਚ ਤੁਹਾਡੇ ਕੋਲ ਇੱਥੇ ਆਪਸ਼ਨ ਆ ਜਾਂਦਾ ਐਪ ਡਾਊਨਲੋਡਸ ਦਾ, ਕਿ ਆਟੋਮੈਟਿਕਲੀ ਜਿਹੜੇ ਤੁਹਾਡੇ ਕਿਸੇ ਹੋਰ ਫੋਨ ਦੇ ਉੱਤੇ ਤੁਸੀਂ ਕੋਈ ਐਪ ਡਾਊਨਲੋਡ ਕੀਤੀ ਹੈ ਤੁਹਾਡੇ ਬਾਕੀ ਫੋਨਾਂ 'ਤੇ ਵੀ ਇੰਸਟਾਲ ਹੋ ਜਾਏ। ਇਹ ਮੈਂ ਆਪਦਾ ਡਿਫਾਲਟ ਆਫ ਕੀਤਾ ਹੋਇਆ, ਤੁਸੀਂ ਔਨ ਕਰ ਸਕਦੇ ਹਾਂ ਤਾਂ ਕਿ ਤੁਹਾਡੇ ਦੋਨੇ ਫੋਨ ਜਾਂ ਜਿੰਨੇ ਵੀ ਤੁਹਾਡੇ ਹੈਗੇ ਆ ਉਹ ਸਾਰੇ ਫੋਨ ਸਿੰਕ ਰਹਿਣ। ਇਹ ਜੇ ਸੇਮ ਆਈਕਲਾਊਡ ਆ ਫੇਰ ਹੀ ਪੋਸੀਬਲ ਆ। ਇਹਦੇ ਥੱਲੇ ਆਪਣੇ ਕੋਲ ਆਪਸ਼ਨ ਆ ਜਾਂਦਾ ਐਪ ਅਪਡੇਟਸ ਦਾ, ਇਹਦੇ ਨਾਲ ਜਦੋਂ ਤੁਸੀਂ ਇਹਨੂੰ ਔਨ ਕਰਤਾ ਆਟੋਮੈਟਿਕਲੀ ਐਪ ਅਪਡੇਟ ਹੋ ਜਾਣਗੀਆਂ। ਬਾਕੀ ਫਿਰ ਵੀ ਜੇ ਬਾਹਲੀ ਜ਼ਿਆਦਾ ਕਾਲੀ ਆ ਕਿ ਕਈ ਵਾਰੀ ਕੋਈ ਨਾ ਕੋਈ ਐਪ ਨਹੀਂ ਅਪਡੇਟ ਹੁੰਦੀ,
ਕਰਨਾ ਕਿਵੇਂ ਆ? ਐਪ ਸਟੋਰ ਦੇ ਵਿੱਚ ਜਾਇਓ, ਉੱਥੇ ਆਪਦੀ ਪ੍ਰੋਫਾਈਲ ਦੇ ਉੱਤੇ ਕਲਿੱਕ ਕਰਨਾ। ਪ੍ਰੋਫਾਈਲ 'ਤੇ ਕਲਿੱਕ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਸਕਰੋਲ ਕਰਿਓ ਅਤੇ ਉੱਥੇ ਅਪਡੇਟ ਆਲ ਦੀ ਆਪਸ਼ਨ ਆਜੂਗੀ, ਜਿੰਨੀਆਂ ਵੀ ਐਪਸ ਹੋਣਗੀਆਂ ਇੱਕੋ ਵਾਰੀ ਦੇ ਵਿੱਚ ਅਪਡੇਟ। ਐਪ ਸਟੋਰ ਦੀ ਇੱਕ ਬੋਨਸ ਟਿਪ ਹੋਰ ਚੱਕੋ ਕਿ ਜੇਕਰ ਇੱਥੇ ਜਿੰਨੀਆਂ ਐਪਸ ਤੁਹਾਨੂੰ ਸ਼ੋਅ ਹੋ ਰਹੀਆਂ, ਬਸ ਇੱਥੇ ਸਵਾਈਪ ਲੈਫਟ ਕਰੋ ਅਤੇ ਨਾਲ ਲਗਵਾਈ ਤੁਸੀਂ ਦੋ ਕਲਿੱਕਸ ਦੇ ਵਿੱਚ ਕੋਈ ਵੀ ਐਪ ਅਨਇੰਸਟਾਲ ਜਾਂ ਡਿਲੀਟ ਵਗੈਰਾ ਜਿਹੜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਕਰ ਸਕਦੇ ਹਾਂ। ਮੈਂ ਕਹਿੰਦਾ ਬਹੁਤ ਹੀ ਜ਼ਿਆਦਾ ਤੇਜ਼ ਆ ਹੋਮ ਸਕਰੀਨ ਦੇ ਉੱਤੋਂ ਐਪਸ ਵਗੈਰਾ ਡਿਲੀਟ ਕਰਨ ਦੀ ਬਜਾਏ। ਆਈਫੋਨ 'ਤੇ ਐਪ ਲੌਕ ਕਿਵੇਂ ਕਰੀਏ ਫ੍ਰੀ? ਮੈਂ ਕਹਿੰਦਾ ਐਪ ਲੌਕ ਦੀ ਗੱਲ ਕਰਦੇ ਹਾਂ। ਐਪ ਲੌਕ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਐਪ ਨੂੰ ਹਾਈਡ ਕਿਵੇਂ ਕਰਨਾ। ਤੁਸੀਂ ਕੋਈ ਵੀ ਐਪ ਚੂਜ਼ ਕਰ ਲਓ, ਮੈਂ ਇਸ ਵੀਡੀਓ ਵਾਸਤੇ ਯੂਟਿਊਬ ਚੂਜ਼ ਕਰਦਾ। ਉੱਥੇ ਲੌਂਗ ਪ੍ਰੈਸ ਕਰਾਂਗੇ ਆਈਕਨ ਦੇ ਉੱਤੇ, ਦੋ ਆਪਸ਼ਨਸ ਆ ਜਾਂਦੇ ਆ, ਰਿਕੁਆਇਰ ਫੇਸ ਆਈ ਡੀ, ਹਾਈਡ ਐਂਡ ਰਿਕੁਆਇਰ ਫੇਸ ਆਈ ਡੀ। ਤੁਹਾਡੀ ਆਪਦੀ ਮਰਜ਼ੀ ਆ ਤੁਸੀਂ ਕੀ ਕਰਨਾ ਚਾਹੁੰਦੇ ਆ, ਮੈਂ ਦੋਨੇ ਚੀਜ਼ਾਂ ਕਰਕੇ ਦਿਖਾਉਂਦਾ। ਰਿਕੁਆਇਰ ਫੇਸ ਆਈ ਡੀ ਨੋਰਮਲੀ ਇੱਥੇ ਲੌਕ ਲੱਗ ਜੂਗਾ, ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਓਪਨ ਕਰਨੀ ਆ, ਅਫਕੋਰਸ ਨੋਰਮਲ ਜੀ ਗੱਲ ਹੈ, ਫੇਸ ਆਈ ਡੀ ਰਿਕੁਆਇਰਡ ਹੈ। ਬਟ ਜੇਕਰ ਤੁਸੀਂ ਹੁਣ ਆਪਸ਼ਨ ਚੂਜ਼ ਕੀਤਾ ਹਾਈਡ ਐਂਡ ਰਿਕੁਆਇਰ ਫੇਸ ਆਈ ਡੀ, ਫਿਰ ਕੀ ਕਰਨਾ? ਜਦੋਂ ਇਹ ਚੀਜ਼ ਕਰਤੀ ਇੱਥੇ ਕੰਟੀਨਿਊ ਕਰ ਦੇਣਾ ਅਤੇ ਉਸ ਤੋਂ ਬਾਅਦ ਤੁਹਾਡੀ ਐਪ ਹਾਈਡ ਹੋ ਜਾਣੀ ਆ। ਤੁਸੀਂ ਇੱਥੇ ਐਪ ਲਾਇਬ੍ਰੇਰੀ ਦੇ ਵਿੱਚ ਵੀ ਲੱਭ ਨਹੀਂ ਪਾਓਗੇ, ਪਹਿਲਾਂ ਤੁਸੀਂ ਸਰਚ ਕਰ ਲਓ ਫੋਨ ਦੇ ਵਿੱਚ, ਲੱਭਣੀ ਨਹੀਂ। ਜਾਣਾ ਕਿੱਥੇ ਆ? ਐਪ ਲਾਇਬ੍ਰੇਰੀ ਦੇ ਵਿੱਚ ਜਾ ਕੇ ਸਕਰੋਲ ਕਰਨਾ, ਉੱਥੇ ਹਿਡਨ ਦਾ ਫੋਲਡਰ ਬਣਿਆ ਹੋਇਆ ਉੱਥੇ ਕਲਿੱਕ ਕਰੋਗੇ, ਆਟੋਮੈਟਿਕਲੀ ਉੱਥੇ ਆਪਾਂ ਨੂੰ ਫੇਸ ਆਈ ਡੀ ਚਾਹੀਦੀ ਆ ਅਤੇ ਉੱਥੇ ਆਪਣੀ ਐਪ ਪਈ ਆ। ਇਹਨੂੰ ਜੇ ਹੁਣ ਰਿਮੂਵ ਕਰਨਾ, ਲੌਂਗ ਪ੍ਰੈਸ ਕਰਕੇ ਰੱਖੋ, ਇਹਨੂੰ ਇੱਥੋਂ ਰਿਮੂਵ ਹੋ ਜੂਗੀ ਅਤੇ ਰਿਮੂਵ ਹੋਣ ਤੋਂ ਬਾਅਦ ਇਹ ਨੋਰਮਲੀ ਆਪਣੀ ਐਪ ਲਾਇਬ੍ਰੇਰੀ ਦੇ ਵਿੱਚ ਪਈ ਹੋਊਗੀ, ਇਹ ਆਪਣੀ ਹੋਮ ਸਕਰੀਨ 'ਤੇ ਨਹੀਂ ਆਊਗੀ। ਇਹਦੇ ਦੋ ਆਪਸ਼ਨਸ ਆ, ਜਾਂ ਤਾਂ ਡਰੈਗ ਐਂਡ ਡ੍ਰੌਪ ਤੁਸੀਂ ਹੋਮ ਸਕਰੀਨ 'ਤੇ ਕਰ ਲਓ, ਜਾਂ ਫਿਰ ਅਤੇ ਲੌਂਗ ਪ੍ਰੈਸ ਕਰਕੇ ਐਡ ਟੂ ਹੋਮ ਸਕਰੀਨ ਕਰਕੇ ਉਸ ਤੋਂ ਬਾਅਦ ਆਪਦੇ ਡਿਜ਼ਾਇਰਡ ਫੋਲਡਰ ਦੇ ਵਿੱਚ ਤੁਸੀਂ ਇਹਨੂੰ ਰੱਖ ਸਕਦੇ ਹੋ ਅਤੇ ਹੁਣ ਇਹਤੇ ਫੇਸ ਆਈ ਡੀ ਨਹੀਂ ਲੱਗੀ ਹੋਈ। ਹੋਪਫੁਲੀ ਦਿਸ ਹੈਲਪਸ। ਯਾਰ ਮੇਰੇ ਨਾਲ ਬਹੁਤ ਵਾਰੀ ਇੱਦਾਂ ਹੋਇਆ ਕਿ ਮੈਂ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਵਗੈਰਾ ਦੀ ਕੋਸ਼ਿਸ਼ ਕਰਦਾ ਪਿਆ, ਖਾਸ ਕਰਕੇ ਫੋਟੋਜ਼, ਅਤੇ ਉਹਦੇ ਵਿੱਚ ਮੈਕਰੋ ਸ਼ਾਟ ਆਪਣੇ ਆਪ ਹੋ ਰਿਹਾ, ਲੈਂਸ ਵਾਰੀ ਵਾਰੀ ਚੇਂਜ ਹੋਈ ਜਾ ਰਿਹਾ, ਫੋਟੋ ਕਲੀਅਰ ਨਹੀਂ ਆ ਰਹੀ। ਇਹਦਾ ਹੱਲ ਹੈਗਾ, ਇੱਥੇ ਸਾਈਡ 'ਤੇ ਇੱਕ ਯੈਲੋ ਕਲਰ ਦਾ ਮੈਕਰੋ ਬਟਨ ਬਣਿਆ ਹੋਇਆ, ਤੁਸੀਂ ਇਹਨੂੰ ਆਫ ਕਰ ਸਕਦੇ ਹੋ, ਉਹਦੇ ਨਾਲ ਜਿਹੜਾ ਲੈਂਸ ਵਾਰੀ ਵਾਰੀ ਸਵਿਚ ਹੋ ਰਿਹਾ ਮੈਕਰੋ ਲੈਂਸ 'ਤੇ, ਇਹ ਤੁਹਾਡਾ ਆਈਫੋਨ ਨਹੀਂ ਜਾਊਗਾ। ਉਸ ਤੋਂ ਬਾਅਦ ਤੁਸੀਂ ਆਪੇ ਚੂਜ਼ ਕਰ ਸਕਦੇ ਹਾਂ ਕਿ ਤੁਹਾਨੂੰ ਮੈਕਰੋ ਵਾਲੀ ਜ਼ਿਆਦਾ ਵਧੀਆ ਫੋਟੋ ਲੱਗ ਰਹੀ ਸੀਗੀ ਕਿ ਮੈਕਰੋ ਤੋਂ ਬਿਨਾਂ। ਹੁਣ ਕਈ ਇੱਦਾਂ ਦੇ ਲੋਕ ਹੋਣਗੇ ਯਾਰ, ਉਹ ਕਹਿਣਗੇ ਭਾਈ ਅਸੀਂ ਤਾਂ ਇਹ ਪੱਕਾ ਹੀ ਬੰਦ ਕਰਕੇ ਰੱਖਿਆ ਹੋਇਆ। ਓਕੇ, ਕਈ ਵਾਰੀ ਹਾਂ ਠੀਕ ਆ ਪੱਕਾ ਬੰਦ ਕੀਤਾ, ਪਰ ਹੁਣ ਉਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਨਹੀਂ ਰਹਿੰਦਾ ਕਿ ਵਾਰੀ ਵਾਰੀ ਤੁਸੀਂ ਚੈੱਕ ਕਰ ਸਕੋ ਕਿ ਕਿਹੜੀ ਕੁਆਲਿਟੀ ਜ਼ਿਆਦਾ ਵਧੀਆ ਇਸ ਕਰਕੇ। ਪਰ ਫਿਰ ਵੀ ਜੇ ਤੁਸੀਂ ਪਰਮਾਨੈਂਟਲੀ ਬੰਦ ਕਰਨਾ, ਉਹਦਾ ਆਪਸ਼ਨ ਵੀ ਹੈਗਾ। ਸੈਟਿੰਗਸ ਵਿੱਚ ਜਾਓ, ਫੋਨ ਦੀਆਂ ਸੈਟਿੰਗਸ, ਕੈਮਰਾ ਐਪ, ਉੱਥੇ ਆਪਸ਼ਨ ਆਜੂਗਾ ਮੈਕਰੋ ਕੰਟਰੋਲ, ਇੱਥੋਂ ਤੁਸੀਂ ਆਫ ਕਰ ਸਕਦੇ ਹਾਂ। ਮੈਂ ਔਨ ਹੀ ਰੱਖਦਾ ਇਹਨੂੰ, ਬਸ ਇਹ ਹੁੰਦਾ ਕਿ ਜਦੋਂ ਤੁਸੀਂ ਫੋਟੋ ਕੋਈ ਨਾ ਕੋਈ ਕਲਿੱਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਜੇ ਲੈਂਸ ਸਵਿਚ ਹੁੰਦਾ ਪਿਆ, ਤੁਸੀਂ ਇਹਨੂੰ ਔਨ ਆਫ ਕਰਕੇ ਦੇਖ ਸਕਦੇ ਹਾਂ ਕਿ ਤੁਹਾਡੇ ਵਾਸਤੇ ਕਿਹੜੀ ਕੁਆਲਿਟੀ ਜ਼ਿਆਦਾ ਬੈਟਰ ਲੱਗਦੀ ਪਈ ਆ। ਕਈ ਵਾਰੀ ਮੈਕਰੋ ਦੀ ਜ਼ਿਆਦਾ ਵਧੀਆ ਹੁੰਦੀ ਆ, ਕਈ ਵਾਰੀ ਮੈਕਰੋ ਦੀ ਬਲਰੀ ਹੁੰਦੀ ਆ। ਸੋ ਡਿਪੈਂਡਿੰਗ ਔਨ ਯੋਰ ਲਾਈਟਿੰਗ ਕੰਡੀਸ਼ਨ ਐਂਡ ਐਵਰੀਥਿੰਗ, ਯੂ ਕੈਨ ਚੂਜ਼ ਵਿਚ ਐਵਰ ਯੂ ਵਾਂਟ। ਕੱਲ੍ਹ ਜਦੋਂ ਮੈਂ ਇੱਕ ਸਕਰੀਨਸ਼ਾਟ ਲਿਆ ਤਾਂ ਮੇਰੇ ਫਰੈਂਡ ਨੇ ਦੇਖਿਆ ਕਿ ਭਾਈ ਮੈਂ ਕੋਈ ਬਟਨ ਯੂਜ਼ ਹੀ ਨਹੀਂ ਕੀਤਾ, ਉਹ ਇੰਨਾ ਜ਼ਿਆਦਾ ਹੈਰਾਨ ਹੋ ਗਿਆ, ਕਹਿੰਦਾ ਇਹ ਕਿਵੇਂ ਕੀਤਾ। ਫਿਰ ਮੈਂ ਉਹਨੂੰ ਸੈਟਿੰਗਸ ਕੁਛ ਇਸ ਤਰੀਕੇ ਨਾਲ ਦੱਸੀਆਂ ਕਿ ਭਾਈ ਸੈਟਿੰਗਸ ਦੇ ਵਿੱਚ ਜਾਣਾ, ਅਸੈਸਿਬਿਲਿਟੀ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਟੱਚ ਅਤੇ ਬੈਕ ਟੈਪ ਦਾ ਆਪਸ਼ਨ ਆ ਜੂਗਾ। ਉੱਥੇ ਤੁਹਾਡੇ ਕੋਲ ਡਬਲ ਟੈਪ ਅਤੇ ਟ੍ਰਿਪਲ ਟੈਪ ਦੇ ਆਪਸ਼ਨ ਆ ਜਾਂਦੇ ਆ ਕਿ ਤੁਸੀਂ ਸੈਟਿੰਗਸ ਇੰਨੀਆਂ ਕੁ ਜ਼ਿਆਦਾ ਆ, ਇਹਦੇ ਵਿੱਚ ਬੈਕ ਟੈਪ ਦੇ ਵਿੱਚ ਇੰਨੇ ਜ਼ਿਆਦਾ ਆਪਸ਼ਨ, ਟ੍ਰਿਪਲ ਟੈਪ ਦੇ ਵਿੱਚ ਇੰਨੇ ਜ਼ਿਆਦਾ ਆਪਸ਼ਨ। ਮੈਂ ਬੈਕ ਟੈਪ 'ਤੇ ਇੱਦਾਂ ਕਲਰ ਦਾ ਕੀਤਾ ਹੋਇਆ ਕਿ ਇੱਦਾਂ ਬਲੈਕ ਐਂਡ ਵਾਈਟ ਸਕਰੀਨ ਹੋ ਜਾਂਦੀ ਆ ਤਾਂ ਕਿ ਥੋੜ੍ਹਾ ਫੋਨ ਘੱਟ ਵਰਤਾਂ ਮੈਂ, ਅਤੇ ਜੇ ਟ੍ਰਿਪਲ ਟੈਪ ਕਰਦੇ ਹਾਂ, ਇੱਥੇ ਹੁਣ ਸਕਰੀਨਸ਼ਾਟ ਸੀ ਅਤੇ ਲਓ ਆਪਾਂ ਇੱਥੇ ਕੰਟਰੋਲ ਸੈਂਟਰ ਦਾ ਆਪਾਂ ਆਪਸ਼ਨ ਕਰਤਾ। ਇਹ ਦੇਖ ਕੇ ਤਾਂ ਉਹ ਹੈਰਾਨ ਪਰੇਸ਼ਾਨ ਹੀ ਰਹਿ ਗਿਆ, ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ। ਤੁਹਾਨੂੰ ਇਹ ਗੱਲ ਪਤਾ ਸੀਗੀ ਕਿ ਨਹੀਂ, ਮੈਨੂੰ ਮਾੜੇ ਕਮੈਂਟਾਂ ਦੇ ਵਿੱਚ ਦੱਸਿਓ, ਅਤੇ ਨਾਲੇ ਆਪਦੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਹ ਗੱਲਾਂ ਦੇ ਬਾਰੇ ਨਹੀਂ ਪਤਾ। ਉਹ ਵੀ ਯਾਰ ਥੋੜ੍ਹਾ ਉਹਨਾਂ ਨੂੰ ਵੀ ਪਤਾ ਲੱਗ ਜੂਗਾ, ਫਿਰ ਉਹ ਵੀ ਸਕਰੀਨਸ਼ਾਟ ਲੈ ਸਕਣਗੇ।
ਸੌਖਾ ਹੋ ਜਾਂਦਾ ਯਾਰ, ਸਮਝਿਆ ਕਰੋ ਯਾਰ। ਕਈ ਵਾਰੀ ਨਾ ਆਪਾਂ ਕਿਤੇ ਗਾਣਾ ਕੋਈ ਸੁਣਦੇ ਹਾਂ ਅਤੇ ਉਹ ਆਪਾਂ ਨੂੰ ਗਾਣਾ ਬੜਾ ਵਧੀਆ ਲੱਗਦਾ ਪਰ ਉਹਦਾ ਨਾਮ ਨਹੀਂ ਪਤਾ। ਨਾਮ ਪਤਾ ਕਰਨ ਵਾਸਤੇ ਮੈਂ ਕਹਿੰਦਾ ਕੋਈ ਐਪ ਡਾਊਨਲੋਡ ਕਰਨ ਦੀ ਲੋੜ ਹੀ ਹੈ ਨਹੀਂ, ਕਿਉਂਕਿ ਇਹ ਆਈਫੋਨ ਦੇ ਵਿੱਚ ਇਨ ਬਿਲਟ ਫੀਚਰ ਆ। ਕਰਨਾ ਕੀ ਆ, ਆਪਦਾ ਕੰਟਰੋਲ ਸੈਂਟਰ ਓਪਨ ਕਰਾਂਗੇ, ਪਲੱਸ ਆਈਕਨ 'ਤੇ ਕਲਿੱਕ ਕਰਕੇ ਜਾਂ ਹੋਲਡ ਇੱਥੇ ਸਾਈਡ 'ਤੇ ਹੋਲਡ ਕਰਕੇ ਇਹਨੂੰ ਆਪਾਂ ਐਡਿਟ 'ਤੇ ਆਪਸ਼ਨ ਆ ਜੂਗਾ। ਉਸ ਤੋਂ ਬਾਅਦ ਐਡ ਕੰਟਰੋਲ ਕਰਾਂਗੇ, ਇੱਥੇ ਆਪਾਂ ਸਰਚ ਕਰਾਂਗੇ ਸਾਊਂਡਸ, ਅਤੇ ਇੱਥੇ ਆਪਣੇ ਕੋਲ ਸ਼ਜ਼ੈਮ ਦਾ ਇੱਥੇ ਆਪਸ਼ਨ ਆ ਜਾਂਦਾ, ਇਹਨੂੰ ਆਪਾਂ ਡਾਇਰੈਕਟਲੀ ਆਪਦੇ ਕੰਟਰੋਲ ਸੈਂਟਰ ਦੇ ਵਿੱਚ ਐਡ ਕਰ ਦੇਣਾ। ਜਦੋਂ ਐਡ ਕੀਤਾ ਉਸ ਤੋਂ ਬਾਅਦ ਬਸ ਇਹਨੂੰ ਤੁਸੀਂ ਔਨ ਕਰੋ, ਜਿਹੜਾ ਵੀ ਗਾਣਾ ਹੈਗਾ ਉਹ ਡਾਇਰੈਕਟਲੀ ਤੁਹਾਨੂੰ ਇੱਥੇ ਸ਼ੋ ਹੋ ਜੂਗਾ। ਆਟੋਮੈਟਿਕਲੀ ਉੱਥੇ ਉੱਪਰ ਨਾਂ ਦੱਸ ਦੇਣਾ ਨੇ। ਬਾਕੀ ਜੇਕਰ ਤੁਸੀਂ ਸ਼ਜ਼ੈਮ ਦੇ ਆਈਕਨ ਨੂੰ ਤੁਸੀਂ ਹੋਲਡ ਕਰਕੇ ਰੱਖਦੇ ਹਾਂ, ਇੱਥੇ ਹਿਸਟਰੀ ਦਾ ਵੀ ਆਪਸ਼ਨ ਆ ਜਾਂਦਾ ਕਿ ਤੁਸੀਂ ਪਹਿਲਾਂ ਕਿਹੜੇ ਗਾਣੇ ਤੁਸੀਂ ਸਰਚ ਕੀਤੇ ਸੀ। ਜੇਕਰ ਥੋੜ੍ਹੀ ਬਹੁਤੀ ਯਾਦਾਸ਼ ਕਮਜ਼ੋਰ ਆ ਤਾਂ ਬਦਾਮ ਖਾਇਆ ਕਰੋ, ਕੋਈ ਨਾ ਠੀਕ ਹੋ ਜੂਗੀ, ਹੌਸਲਾ ਰੱਖੋ। ਜੇ ਤੁਸੀਂ ਇੱਥੋਂ ਤੱਕ ਵੀਡੀਓ ਦੇਖਦੇ ਪਏ ਹਾਂ, ਮੈਂ ਕਹਿੰਦਾ ਯਾਰ ਇੱਕ ਬੋਨਸ ਵੀ ਚੱਕੋ। ਕੰਟਰੋਲ ਸੈਂਟਰ ਓਪਨ ਕਰਕੇ ਟਾਈਮਰ ਦੇ ਉੱਤੇ ਤੁਸੀਂ ਲੌਂਗ ਪ੍ਰੈਸ ਕਰਕੇ ਰੱਖਿਓ, ਅਤੇ ਉਸ ਤੋਂ ਬਾਅਦ ਇੱਥੋਂ ਤੁਸੀਂ ਆਪਦੀ ਮਰਜ਼ੀ ਨਾਲ ਟਾਈਮਰ ਸੈੱਟ ਕਰ ਸਕਦੇ ਹੋ। ਬਹੁਤ ਹੀ ਜ਼ਿਆਦਾ ਫਾਸਟ ਆ, ਇੱਥੇ ਆਪਣੇ ਕੋਲ ਆਪਸ਼ਨ ਆ ਜਾਂਦਾ, ਇੱਕ ਮਿੰਟ ਤੋਂ ਲੈ ਕੇ ਦੋ ਘੰਟੇ ਤੱਕ ਦੇ ਆਪਣੇ ਕੋਲ ਡਿਫਰੈਂਟ ਆਪਸ਼ਨਸ ਆ ਜਾਂਦੇ ਆ। ਤੁਸੀਂ ਉਹ ਮੜਾ ਚੈੱਕ ਕਰਕੇ ਦੱਸਿਓ, ਟਾਈਮ ਬਹੁਤ ਬਚਦਾ ਹੈ। ਮੈਂ ਕਹਿੰਦਾ ਟਿਪਸ ਐਂਡ ਟ੍ਰਿਕਸ ਤਾਂ ਤੁਸੀਂ ਦੇਖ ਲਈਆਂ, ਹੁਣ ਸੋਹਣੇ ਤਾਂ ਸੁਆਗਤ ਆ ਫੇਰ ਬਣੂ। ਜੇਕਰ ਤੁਸੀਂ 10 ਮਸਟ ਹੈਵ ਐਪਸ ਇਹੋ ਜਿਹੀਆਂ ਦੇਖ ਲਓ ਜਿਹਦੇ ਨਾਲ ਮੈਂ ਕਹਿੰਦਾ ਤੁਹਾਡੀ ਸਾਰਾ ਟਾਈਮ ਵਗੈਰਾ ਸੇਵ ਹੋ ਜਾਵੇ ਅਤੇ ਲਾਈਫ ਪੂਰੀ ਮੈਂ ਕਹਿੰਦਾ ਹੋ ਜਾਵੇ ਸੈੱਟ। ਫਿਰ ਆਹ ਵਾਲੀ ਵੀਡੀਓ 'ਤੇ ਕਲਿੱਕ ਕਰਕੇ ਮੜਾ ਤੁਸੀਂ ਇਹਨੂੰ ਚੈੱਕ ਕਰਿਓ, ਅਤੇ ਜੇ ਤੁਹਾਨੂੰ ਵੀਡੀਓ ਵਗੈਰਾ ਘੈਂਟ ਲੱਗੀ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਬਾਕੀ ਜੇਕਰ ਹੋਰ ਕਮੈਂਟ ਨਹੀਂ ਵੀ ਸੋਚਦਾ ਪਿਆ ਆਪਦਾ ਫੇਵਰੇਟ ਇਮੋਜੀ ਹੀ ਕਮੈਂਟ ਕਰ ਦਿਓ, ਹੈਲਪ ਕਰਦਾ। ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਚੰਗਾ ਫਿਰ, ਸਤਿ ਸ਼੍ਰੀ ਅਕਾਲ, ਰੱਬ ਰਾਖਾ।